ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਪਾਰਟੀ ਵਿੱਚ ਮਤਭੇਦ ਖਤਮ ਕਰਨ ਅਤੇ ਅਕਾਲੀ ਭਾਜਪਾ ਸਰਕਾਰ ਦਾ ਡਟ ਕੇ ਮੁਕਾਬਲਾ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਕੀਤੀ ਗਈ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਉਹਨਾਂ ਵੱਲੋਂ ਵਰਕਰਾਂ ਵਿੱਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕਰਨ ਲਈ ਹਰ ਪੱਧਰ ਤੇ ਯਤਨ ਕੀਤੇ ਜਾਣਗੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਮਦਨ 31,000 ਕਰੋੜ ਰੁਪਏ ਹੈ ਜਦਕਿ ਖਰਚਾ 40,000 ਕਰੋੜ ਰੁਪਏ ਹੈ। ਕਿ 31,000 ਕਰੋੜ ਰੁਪਏ ਦੀ ਆਮਦਨ ਅਤੇ 40,000 ਕਰੋੜ ਰੁਪਏ ਦਾ ਜਿਹਦਾ ਖਰਚਾ ਹੋਏ, 9,000 ਕਰੋੜ ਰੁਪਈਆ ਜੇ ਸਰਕਾਰ ਨੂੰ ਘਟਦਾ ਹੋਏ, ਤੁਸੀਂ ਆਪੇ ਹਿਸਾਬ ਲਓ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ। ਕੋਈ ਇਹਨਾਂ ਦੀ ਇੰਡਸਟਰੀਅਲ ਪਾਲਿਸੀ ਨਹੀਂ, ਕੋਈ ਇਹਨਾਂ ਦੀ ਐਗਰੀਕਲਚਰ ਪਾਲਿਸੀ ਨਹੀਂ, ਅਤੇ ਬਾਦਲ ਸਾਹਿਬ ਲਿਜਾ ਕਿੱਧਰ ਨੂੰ ਰਹੇ? ਹਰ ਫਰੰਟ 'ਤੇ ਸਰਕਾਰ ਫੇਲ ਹੋਈ ਹੈ। ਅਕਾਲੀ ਦਲ ਅਤੇ ਭਾਜਪਾ ਟਾਈਟੈਨਿਕ ਵਰਗਾ, ਉਂਝ ਇਹ ਆਈਸਬਰਗ ਨੂੰ ਵੱਜਣਾ ਸਿੱਧਾ ਜਾ ਕੇ, ਇਹ ਡੁੱਬਣ ਵਾਲਾ ਬਹੁਤਾ ਚਿਰ ਨਹੀਂ ਲੱਗਣਾ। ਅੱਗੇ ਹੀ ਬਾਦਲ ਸਾਹਿਬ ਸਾਰੇ ਆਪਣੇ ਸਾਥੀਆਂ ਨੂੰ ਅਤੇ ਭਾਜਪਾ ਵਾਲਿਆਂ ਨੂੰ ਗੋਆ ਲੈ ਗਏ ਨੇ ਸਮੁੰਦਰ ਦੇ ਕਿਨਾਰੇ। ਤੁਸੀਂ ਆਪੇ ਹਿਸਾਬ ਲਓ ਕਿ ਬੀਜੇਪੀ ਨੂੰ ਡੋਬ ਚੱਲੇ ਨੇ, ਆਪਣੇ ਡੁੱਬਣ ਦੀ ਤਿਆਰੀ ਕਰਦੇ ਫਿਰਦੇ ਨੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।